ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅੱਜ ਜੋ ਹੈ ਚੈਂਪੀਅਨਸ਼ਿਪ ਤੁਹਾਨੂੰ ਵੀ ਪਤਾ ਬਾਗੜੀਆਂ ਵਿੱਚ ਸਾਰੇ ਵੀਰਾਂ ਨੇ ਦੇਖੀ ਆ ਮੈਨੂੰ ਪਲੇਅਰਾਂ ਬਾਰੇ ਜਾਂ ਇੱਦਾਂ ਦੱਸਣ ਦੀ ਲੋੜ ਨਹੀਂ ਸਿਰਫ ਫਾਈਨਲ ਰਿਜ਼ਲਟ ਬਾਰੇ ਤੁਹਾਨੂੰ ਇਸ ਵਾਲੀ ਵੀਡੀਓ ਦੇ ਵਿੱਚ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਕਹਿਣਾ ਚਾਹੁੰਦਾ ਬਹੁਤੇ ਵੀਰ ਕਹਿ ਰਹੇ ਹੋਣੇ ਆ ਕਿ ਜੋ ਪੋਸਟਰਾਂ 'ਤੇ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਵੀ 365 ਵਾਲੇ ਵੀਰਾਂ ਨੇ ਜਾਂ ਜਿਨ੍ਹਾਂ ਨੇ ਪੋਸਟਰ ਰਿਲੀਜ਼ ਕੀਤੇ ਸੀ ਉਹਨਾਂ ਵਿੱਚੋਂ 50% ਪਲੇਅਰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇ ਪਰ ਜਿੰਨੇ ਕੁ ਬੰਦੇ ਦੇਖ ਰਹੇ ਸੀ ਲੱਗਦਾ ਸੀ ਕਿ ਬਹੁਤ ਤਕੜੀ ਚੈਂਪੀਅਨਸ਼ਿਪ ਹੋਈ ਹੈ ਇਸ ਵਾਰ ਤੁਸੀਂ ਵੀ ਦੇਖਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜੁੜੇ ਹੋਏ ਸੀ ਦਰਸ਼ਕ ਵੀ ਆਨੰਦ ਮਾਣ ਰਹੇ ਸੀ ਚੈਂਪੀਅਨਸ਼ਿਪ ਦਾ ਅਤੇ ਇੱਕ ਗੱਲੋਂ ਵਧੀਆ ਵੀ ਆ ਕਿ ਨਵੇਂ ਪਲੇਅਰਾਂ ਨੂੰ ਵੀ ਮੌਕਾ ਮਿਲਿਆ ਵੱਡੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦਾ ਜਿੱਦਾਂ ਕਿ ਮੋਗਾ ਮੁਕਤਸਰ ਦੇ ਵਿੱਚ ਨਵੇਂ ਪਲੇਅਰ ਸੀ ਕਾਫੀ ਐਂਡ ਤੱਕ ਉਹਨਾਂ ਨੇ ਵੀ ਮੈਚ ਖੇਡਿਆ ਹੁਣ ਆਪਾਂ ਜੇਕਰ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਇੱਕ ਹੋਰ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦੁੱਲਾ ਬੱਗਾ ਪਿੰਡ ਜਿੱਦਾਂ ਅਸੀਂ ਅਪਡੇਟ ਦਿੱਤੀ ਸੀ ਕਿ ਉਹ ਖੇਡੇਗਾ ਤਾਂ ਉਹ ਇੱਕ ਬਹੁਤ ਮਾੜੀ ਗੱਲ ਹੈ ਜਿਹੜੇ ਮੈਂ ਉਸਦਾ ਨਾਂ ਨਹੀਂ ਲੈਣਾ ਚਾਹੁੰਦਾ ਬਾਗੜੀਆਂ ਤੋਂ ਹੀ ਇੱਕ ਵੱਡਾ ਬਾਈ ਸੀ ਉਸਨੇ ਦੱਸਿਆ ਸੀ ਕਿ ਦੁੱਲਾ ਬਾਈ ਖੇਡੂਗਾ ਮੈਂ ਵੀਡੀਓ ਵਿੱਚ ਉਸਦਾ ਨਾਂ ਨਹੀਂ ਲਊਂਗਾ ਪਰ ਉਹ ਆਪ ਹੀ ਸਮਝ ਗਿਆ ਹੋਣਾ ਬਾਈ ਇੱਦਾਂ ਨਾ ਕਰਿਆ ਕਰੋ ਕੀ ਫਾਇਦਾ ਗਲਤ ਅਪਡੇਟ ਦੇ ਕੇ ਦੁੱਲਾ ਬਾਈ ਤਾਂ ਹਜੇ ਅਮਰੀਕਾ ਹੀ ਬੈਠਾ ਤਾਂ ਕਰਕੇ ਜ਼ਰੂਰ ਇੱਦਾਂ ਨਾ ਕਰਿਆ ਕਰੋ ਤੁਹਾਨੂੰ ਜੋ ਹੈ ਹੁਣ ਟੀਮਾਂ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ 'ਤੇ ਕਪੂਰਥਲੇ ਦੀ ਟੀਮ ਆਈ ਅਤੇ ਦੂਜੇ ਨੰਬਰ 'ਤੇ ਜੇਕਰ ਗੱਲ ਕਰੀਏ ਹਰਿਆਣੇ ਦੀ ਟੀਮ ਆਈ ਤੁਹਾਨੂੰ ਵੀ ਪਤਾ ਹਰਿਆਣੇ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਪਰ ਕਪੂਰਥਲੇ ਵਾਲੇ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਜੋ ਪਹਿਲੇ ਨੰਬਰ 'ਤੇ ਉਹਨਾਂ ਦੀ ਟੀਮ ਆਈ ਵੈਸਟ ਰੇਡਰ ਦੀ ਗੱਲ ਕਰੀਏ ਤਾਂ ਬੋਲਟ ਖੀਰਾਂਵਾਲ 16 ਰੇਡਾਂ ਪਾ ਕੇ 15 ਪੁਆਇੰਟ ਲਏ ਅਤੇ ਦੋਸਤੋ ਚੋਟੀ ਦੀ ਪਰਫੋਰਮੈਂਸ ਦਿਖਾਈ ਬੋਲਟ ਨੇ ਵਧੀਆ ਰੇਡਾਂ ਪਾ ਕੇ ਬੈਸਟ ਬਣਿਆ ਬੈਸਟਾਂ ਨੂੰ 1,00,000 ਰੁਪਏ ਨਾਲ ਜੋ ਹੈ ਸਨਮਾਨ ਕੀਤਾ ਗਿਆ ਯਾਦਾ ਸੁਰਖਪ੍ਰੀਆ ਕਬੱਡੀ ਦਾ ਸਰਪੰਚ ਵਿਦੇਸ਼ਾਂ ਤੋਂ ਆਉਣ ਤੋਂ ਬਾਅਦ ਇਹ ਸਿੱਧਾ ਚੈਂਪੀਅਨਸ਼ਿਪ ਹੀ ਬਾਈ ਨੇ ਚੈਂਪੀਅਨਸ਼ਿਪ ਦੇ ਵਿੱਚ ਹੀ ਹਿੱਸਾ ਲਿਆ ਅਤੇ ਟੌਪ ਦੇ ਜੱਫੇ ਲਾ ਕੇ ਬੈਸਟ ਵੀ ਬਣਿਆ ਬਾਗੜੀਆਂ ਚੈਂਪੀਅਨਸ਼ਿਪ ਤੋਂ ਯਾਦਾ ਸਰਪੰਚ ਸੁਰਖਪ੍ਰੀਆ ਬਾਕੀ ਇਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਇਸ ਵੱਡੀ ਚੈਂਪੀਅਨਸ਼ਿਪ ਬਾਰੇ ਫਾਈਨਲ ਰਿਜ਼ਲਟ ਦੱਸਣਾ ਸੀ ਤੁਹਾਨੂੰ ਵਧੀਆ ਲੱਗੀ ਜਾਂ ਚੈਂਪੀਅਨਸ਼ਿਪ ਨਹੀਂ ਤੁਸੀਂ ਵੀ ਕਮੈਂਟ ਬੋਕਸ ਦੇ ਵਿੱਚ ਦੱਸ ਸਕਦੇ ਹੋ ਜੇਕਰ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ ਧੰਨਵਾਦ।